ਪੁਰਸ਼ ਹੀ ਸਰਧਾ ਕਰਦਾ ਹੈ। ਉਹੀ ਕਹਿੰਦੇ ਮੁਕਤੀ ਦੇ ਦਾਤੇ ਹਨ ਮੁਕੰਦਾ, ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਆਂ ਕਰੀਆਂ ਨਿਰਨਾਮਿਆਂ ਕਾਮੇ ਚਾਚਰੀ ਛੰਤ ਪ੍ਰਸਾਦ। ਕਈ ਫੋਨ ਤੇ ਪੁੱਛਦੇ ਵੀ ਹਰ ਵਾਰੀ ਬੋਲਣਾ, ਇਹ ਬਾਣੀ ਆ, ਇਹ ਕਿਹੜਾ ਉਈ ਅੱਖਰ ਲਿਖਿਆ, ਹਰ ਵਾਰੀ ਚਾਚਰੀ ਛੰਤ ਪ੍ਰਸਾਦ ਕਹਿਣਾ। ਇਹ ਜਦੋਂ ਚੱਲ ਪੈਂਦਾ ਅੰਦਰੋਂ, ਚੱਲਦਾ ਤਾਂ ਛੇਤੀ ਹੋਈ ਇਹਦਾ ਕੰਮ, ਸਵਾ ਕੁ ਲੱਖ ਕਰ ਲਈਏ ਤਾਂ ਬਸ ਇਹ ਫਿਰ ਫਰਾਟੇ ਹੀ ਚੱਲ ਪੈਂਦੇ ਆ, ਫਿਰ ਨਹੀਂ ਰੁਕਦਾ, ਫਿਰ ਚਾਚਰੀ ਛੰਤ ਤਾਂ ਰਹਿ ਹੀ ਜਾਂਦਾ, ਸਮਝ ਲਓ ਪਹਿਲਾਂ ਕਰਨਾ। ਸੋ ਗੋ ਜੋ ਧਰਤੀ ਹੈ ਇਹਦੀ ਬਿੰਦ ਜੋ ਰੱਖਿਆ ਕਰਨ ਵਾਲਾ, ਗੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਦੇਣ ਵਾਲਾ, ਗੋ ਜੋ ਦੇਵਤਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਗੋ ਜੋ ਇੰਦਰੀਆਂ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਇਸ ਤਰ੍ਹਾਂ ਮੁਕੰਦੇ ਮੁਕਤੀ ਦੇ ਦਾਤੇ, ਗੋਬਿੰਦੇ ਮੁਕੰਦੇ ਉਦਾਰਾ, ਉਦਾਰ ਹੁੰਦੇ ਉਦਾਰੇ ਮਤਲਬ ਦਰਿਆ ਦਿਲ, ਖੁੱਲ੍ਹੇ ਦਿਲ ਵਾਲੇ, ਚਾਹੁਣ ਤਾਂ ਜੋ ਮਰਜ਼ੀ ਦੇ ਦੇਣ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਅਪਾਰੇ ਹੁੰਦਾ ਪਾਰਾਵਾਰ ਤੋਂ ਰਹਿਤ, ਹਰੀਆਂ ਹਰੇ ਭਰੇ ਕਰਨ ਵਾਲੇ, ਹਰੀਆਂ ਫਿਰ ਕਰੀਆਂ ਪੈਦਾ ਕਰਨ ਵਾਲੇ, ਤਾਂ ਇਸੇ ਪ੍ਰਕਾਰ ਹੀ ਪਾਲਣਾ ਕਰਨ ਵਾਲੇ ਵੀ ਕਹਿ ਸਕਦੇ ਹਾਂ। ਨਿਰਨਾਮੇ ਹੁੰਦਾ ਨਾਮ ਤੋਂ ਰਹਿ, ਪਰਮੇਸ਼ਰ ਦਾ ਨਾਮ ਕੋਈ ਨਹੀਂ ਹੈ, ਬਸ ਭਾਵਨਾ ਨੂੰ ਹੀ ਪਕੜਦੇ ਨੇ, ਅੰਦਰਲੇ ਦਿਲੋਂ ਦੀ ਭਾਵਨਾ ਪਕੜਦੇ ਨੇ। ਜੇ ਕੋਈ ਵੀ ਨਾਮ ਨਹੀਂ ਆਉਂਦਾ, ਵੈਸੇ ਹੀ ਯਾਦ ਕਰੀ ਜਾਓ ਤਾਂ ਵੀ ਭਾਵਨਾ ਬਣ ਜਾਂਦੀ। ਇਸ ਕਰਕੇ ਅਕਾਮੇ ਕਾਮਨਾ ਤੋਂ ਰਹਿਤ ਹੈ। ਮਹਾਰਾਜ ਜੀ ਨੂੰ ਕੋਈ ਕਾਮਨਾ ਤਾਂ ਹੋਈ ਨਹੀਂ, ਕਾਮਨਾਵਾਂ ਤਾਂ ਪੂਰੀਆਂ ਕਰਦੇ ਆਪਣੀਆਂ। ਇਸ ਕਰਕੇ ਉਹ ਜਿਹੜੀਆਂ ਕਾਮਨਾਵਾਂ ਆਪਣੇ ਮਨ ਵਿੱਚ ਆ ਜਾਂਦੀਆਂ ਨੇ, ਇਹ ਹੁਣ ਮੈਨੂੰ ਮੈਂ ਸੋਚਦਾ ਮੈਨੂੰ 43 ਕੁ ਸਾਲ ਚੋਂ ਨਹੀਂ ਤੇ ਕਥਾ ਕਰਦਿਆਂ ਨੂੰ 35 ਕੁ ਸਾਲ ਲਾ ਲਓ, ਮੈਂ ਕਹਿ ਕੇ ਥੱਕ ਗਿਆ ਸਾਰੇ ਕੌਮ ਨੂੰ, ਤੁਹਾਨੂੰ ਸਭ ਨੂੰ, ਸੰਗਤਾਂ ਵੀ ਇਹ ਕਰ ਲਓ, ਗੋਬਿੰਦੇ ਮੁਕੰਦੇ ਕਰ ਲਓ, 20-25 ਲੱਖ ਕਰ ਲਓ, ਸਾਰੀ ਜ਼ਿੰਦਗੀ ਦੀਆਂ ਰੋਟੀਆਂ ਪਰਲੋਕ ਤੱਕ ਦੇ ਕੰਮ ਟੋਟਲੀ ਸਭ ਕੁਝ ਬਣ ਜਾਣਾ, ਪ੍ਰਕਾਸ਼ ਵੀ ਹੋਜੂਗਾ। ਹੁਣ ਇਸ ਤੋਂ ਵੱਧ ਕੀ ਕਹਿ ਸਕਦੇ, ਮੂਲ ਮੰਤਰ 36 ਲੱਖ ਕਰ ਲਓ, ਬਾਹਲੇ ਐਵੇਂ ਭੱਜੇ ਹੀ ਫਿਰਦੇ ਪੈਸੇ ਵਾਸਤੇ ਬਾਹਰ ਦੌੜਦੇ, ਉੱਥੇ ਇਹ ਕੂੜਾ ਸਾਰਾ ਕੂੜਾ ਹੀ ਇਕੱਠਾ ਕਰ ਦਿਆ। ਸੋ ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਅਸਲੀ ਜਿਹੜੀ ਚੀਜ਼ ਲੈਣ ਵਾਲੀ ਸੀ ਉਹ ਲਈ ਨਹੀਂ ਹੈ ਕਿਸੇ ਨੇ। ਹੁਣ ਜਿਵੇਂ ਬਾਬਾ ਕਲਿਆਣ ਚੰਦ ਜੀ ਦੇ ਘਰ ਨਿਰੰਕਾਰ ਜੀ ਆਪ ਨੇ, ਉਹ ਨਿਰੰਕਾਰ ਜੀ ਵਾਲੀ ਚੀਜ਼ ਕੋਈ ਲਈ ਨਹੀਂ ਰਹੇ, ਨਾਮ ਦਾਨ, ਸਿੱਖੀ ਦਾਨ, ਹੋਰ ਉਹ ਵਾਰ ਵਾਰ ਕਹਿੰਦੇ ਪੈਸਾ ਪੈਸਾ ਲਿਆਓ, ਬਸ ਜਿੱਥੋਂ ਮਰਜ਼ੀ ਪੈਸਾ ਲਿਆਓ। ਇਹ ਦੁਨਿਆਵੀ ਲੋਕ ਵੀ ਇਹੀ ਕਰਦੇ, ਗੁਰੂ ਗ੍ਰੰਥ ਸਾਹਿਬ ਤੋਂ ਪੈਸਾ ਮੰਗੀ ਜਾਂਦੇ ਆ, ਔਰ ਸਤਿਗੁਰੂ ਦੁਖੀ ਹੁੰਦੇ ਨੇ ਵੀ ਇਹ ਡੁੱਬ ਚੱਲਿਆ, ਵੀ ਇਹ ਤਾਂ ਪੈਸੇ ਹੀ ਮੰਗੀ ਜਾਂਦਾ। ਪੈਸੇ ਦੀ ਜਗ੍ਹਾ ਦੇ ਉੱਤੇ ਨਾਮਦਾਨ ਮੰਗੋ ਜਿਹਨੇ ਸ਼ਾਂਤੀ ਦੇਣੀ ਹੈ। ਪੈਸਾ ਕਦੇ ਸੁੱਖ ਨਹੀਂ ਦਿੰਦਾ, ਕਿਉਂਕਿ ਅਸਤ ਜਾ